ਵੱਡੀ ਖਬਰ ਪੰਜਾਬ ਤੋਂ ਹੈ, ਜਿੱਥੇ ਕਿ ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਚੀਜ਼ਾਂ ਦੀ ਸਪਲਾਈ ਕਾਫੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ ਅਤੇ ਪੈਟਰੋਲ ਡੀਜ਼ਲ ਦੀ ਕਿੱਲਤ ਵੀ ਵਧਣੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਉਕਤ ਸਮੱਸਿਆ ਟਰੱਕ ਡਰਾਈਵਰਾਂ ਨੇ ਹਿੱਟ ਐਂਡ ਰਨ ਮਾਮਲਿਆਂ ਨਾਲ ਸੰਬੰਧਿਤ ਨਵੇਂ ਕਾਨੂੰਨ ਦੇ ਵਿਰੋਧ 'ਚ ਆਵਾਜਾਈ ਠੱਪ ਕਰਨ ਦੇ ਚੱਲਦਿਆਂ ਆਈ ਹੈ, ਜਿਸ ਦਾ ਅਸਰ ਪੂਰੇ ਪੰਜਾਬ ਦੇ ਨਾਲ ਫਗਵਾੜਾ ਵਿਖੇ ਵੀ ਦੇਖਣ ਨੂੰ ਮਿਲਿਆ। ਇਹ ਤਸਵੀਰਾਂ ਨੇ ਪੈਟਰੋਲ ਪੰਪਾਂ ਦੀਆਂ, ਜਿੱਥੇ ਇਸ ਸਮੇਂ ਤੇਲ ਪਵਾਉਣ ਵਾਲੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਤੇ ਤੇਲ ਪਵਾਉਣ ਲਈ ਲੋਕਾਂ ਨੂੰ ਕਾਫੀ ਸਮਾਂ ਲੱਗ ਰਿਹਾ ਹੈ। ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਉਕਤ ਸਮੱਸਿਆ ਟਰੱਕ ਡਰਾਈਵਰਾਂ ਵੱਲੋਂ ਕੀਤੀ ਹੜਤਾਲ ਕਾਰਨ ਆਈ ਹੈ। ਅਗਰ ਇਹ ਹੜਤਾਲ ਇਸੇ ਤਰ੍ਹਾਂ ਹੀ ਜਾਰੀ ਰਹੀ ਤਾਂ ਪੈਟਰੋਲ ਅਤੇ ਡੀਜ਼ਲ ਮਿਲਣਾ ਮੁਸ਼ਕਲ ਹੋ ਜਾਵੇਗਾ, ਜੋ ਕਿ ਬਹੁਤ ਵੱਡੀ ਚਿੰਤਾ ਹੈ। ਉਹਨਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਟਰੱਕਾਂ ਵਾਲਿਆਂ ਦੀਆਂ ਮੰਗਾਂ ਨੂੰ ਮੰਨ ਕੇ ਇਸ ਹੜਤਾਲ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ। ਮੇਰਾ ਨਾਮ ਵਿਜੇ ਕੁਮਾਰ ਹੈ। ਹਾਂ ਵਿਜੇ ਕੁਮਾਰ ਜੀ, ਕੀ ਅੱਜ ਪੈਟਰੋਲ ਪੰਪ 'ਤੇ ਤੁਸੀਂ ਖੜ੍ਹੇ ਹੋ, ਕੀ ਕਾਰਨ ਹੈ ਤੇਲ ਪਵਾਉਣ ਲਈ? ਮੋਟਰ ਟਰਾਂਸਪੋਰਟ ਦੀ ਹੜਤਾਲ ਇਸ ਕਰਕੇ ਆ, ਡਰਾਈਵਰਾਂ ਦੀ ਹੜਤਾਲ ਆ। ਸੈਂਟਰ ਗੌਰਮੈਂਟ ਨੇ 3 ਕਾਲੇ ਕਾਨੂੰਨ ਬਣਾਏ ਆ, 2 ਕਾਲੇ ਕਾਨੂੰਨ। ਕਿਹੜੇ ਕਾਨੂੰਨ ਆ ਜੀ ਉਹ? ਜਿਹਦੇ ਵਿੱਚ ਡਰਾਈਵਰ ਨੂੰ ਅਗਰ ਗੱਡੀ ਛੱਡ ਕੇ ਭੱਜੂ ਐਕਸੀਡੈਂਟ ਹੋਣ 'ਤੇ, ਅਤੇ ਉਹਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਜੁਰਮਾਨਾ। ਅਤੇ ਇਹਦੇ ਵਿੱਚ ਉਹਨਾਂ ਨੇ ਸਟ੍ਰਾਈਕ ਕੀਤੀ ਆ ਡਰਾਈਵਰ, ਕੁਛ ਪਤਾ ਚੱਲਿਆ ਕਿੰਨੀ ਦੇਰ ਲਈ ਸਟ੍ਰਾਈਕ ਆ, ਕੁਛ ਪਤਾ ਚੱਲਿਆ? ਕਹਿ ਨਹੀਂ ਸਕਦੇ ਅਜੇ, ਉਹਨੂੰ ਕੋਈ ਉਹਨਾਂ ਦਾ ਕੋਈ ਆਇਆ ਨਹੀਂ ਅਜੇ ਸਮਝੋ। ਟੋਟਲ 3 ਕਾਨੂੰਨ ਆ ਜੀ, 2 ਕਾਨੂੰਨ ਆ, 2 ਇੱਕ ਸਜ਼ਾ ਦਾ, ਇੱਕ ਜੁਰਮਾਨੇ ਦਾ। ਅਤੇ ਉਸ ਕਾਰਨ ਇਹ ਸਟ੍ਰਾਈਕ ਹੋਈ ਹੈ? ਉਹਦੇ ਕਾਰਨ ਸਟ੍ਰਾਈਕ, ਡਰਾਈਵਰ ਸਟ੍ਰਾਈਕ 'ਤੇ ਗਏ। ਅੱਜ ਜਿਹੜਾ ਪੈਟਰੋਲ ਪੰਪ ਦੇ ਬਾਹਰ ਤੁਸੀਂ ਖੜ੍ਹੇ ਆ ਇੰਨੇ ਰਸ਼ ਦੇ ਵਿੱਚ, ਕੀ ਕਾਰਨ ਕੀ ਹੈ? ਸਾਰੀ ਸਟ੍ਰਾਈਕ ਹੋਈ ਪਈ ਹੈ ਟਰੱਕਾਂ ਵਾਲਿਆਂ ਦੀ। ਇਹ ਟਰੱਕਾਂ ਵਾਲਿਆਂ ਦੀ ਹੜਤਾਲ ਖੁੱਲੂਗੀ ਅਤੇ ਤਾਰ ਕੇ ਜਾਮ ਲੱਗਿਆ ਪਿਆ ਵੀ ਪੈਟਰੋਲਾਂ 'ਤੇ ਰਸ਼ ਆ, ਸਿਲੰਡਰਾਂ 'ਤੇ ਇੰਨੇ ਕੋਈ ਗੈਸ ਕਿਸੇ ਕੋਲ ਸਿਲੰਡਰ ਵੀ ਨਹੀਂ ਮਿਲਦੇ ਪਏ ਆ। ਅਤੇ ਮੈਂ ਕਹਿੰਦਾ ਜੀ ਇਹ ਖੁੱਲ ਜੂਗੀ 1-2-4 ਦਿਨ ਤੱਕ ਸ਼ਾਇਦ, ਉਹ ਵੀ ਸਕਦੇ ਆ। ਇਹ ਸਟ੍ਰਾਈਕ ਦਾ ਕਾਰਨ ਕੀ ਹੈ ਜੀ? ਪਿੱਛੋਂ ਕਿਉਂ, ਮਤਲਬ ਕਿ ਜਿਹੜਾ ਇਹ ਪਿੱਛੋਂ ਟਰੱਕਾਂ ਵਾਲਿਆਂ ਨੇ ਕੀਤੀ ਜੀ ਹੜਤਾਲ, ਟਰੱਕਾਂ ਵਾਲਿਆਂ ਨੇ ਅਤੇ ਪੈਟਰੋਲ ਪੰਪਾਂ ਨੇ। ਪਤਾ ਨਹੀਂ ਕੋਈ ਇਹਨਾਂ ਦਾ ਰੋਲਾ ਰੂਲਾ ਹੈਗਾ ਜੀ, ਉਹਨਾਂ ਨੇ ਤਾਰ ਕੇ ਕਰਤੀ। ਕਿਸ ਚੀਜ਼ ਦਾ ਰੋਲਾ ਜੀ? ਜੀ ਉਹ ਕਹਿੰਦੇ ਜੀ ਸਿਲੰਡਰ ਅਤੇ ਗੈਸ 'ਤੇ ਅਸੀਂ ਆਪਾਂ ਲੈ ਕੇ ਨਹੀਂ ਆਏ, ਆਪਾਂ ਸਾਰੇ ਸਟ੍ਰਾਈਕ ਕਰਨ ਲੱਗੇ ਹਾਂ ਜੀ ਵੀ ਜੇ ਉਹ ਸਾਡੇ ਕਾਨੂੰਨ ਲਾਏ ਆ ਜੀ ਉਹ ਇੱਦਾਂ ਇੱਦਾਂ ਲੱਗੇ ਆ ਜੀ, ਆਪਾਂ ਸਾਰੇ ਹੜਤਾਲ ਕਰਨ। ਅਤੇ ਜਿਹੜਾ ਕੋਈ ਐਕਸੀਡੈਂਟ ਵਗੈਰਾ ਦਾ ਉਹ ਕਹਿੰਦੇ ਜੀ ਇਸ ਇੱਦਾਂ ਦੀ ਮਜਬੂਰੀ ਲਿੱਤੀ ਆ ਜੀ, ਇਹਦੇ ਕਰਕੇ ਅਸੀਂ ਹੜਤਾਲ ਕਰਨ ਲੱਗੇ ਹਾਂ ਜੀ। ਪੈਟਰੋਲ ਪੰਪ ਆ ਦੇਖੋ ਜੀ ਰਸ਼ ਕਿੰਨਾ ਜੀ। ਕੀ ਮਾਮਲਾ ਕੀ ਜਿਹੜਾ ਜੀ ਪੈਟਰੋਲ ਪੰਪ? ਅੱਜ ਸਾਨੂੰ ਅਚਾਨਕ ਪਤਾ ਲੱਗਿਆ ਵੀ ਕੋਈ ਪੈਟਰੋਲ ਪੰਪਾਂ 'ਤੇ ਤੇਲ ਮਿਲਦਾ ਪਿਆ ਅਤੇ ਰਸ਼ ਪਿਆ, ਕਿਤੇ ਕੋਈ ਸਟ੍ਰਾਈਕ ਆ, ਔਰ ਇੱਥੇ ਕੋਈ ਸਿਸਟਮ ਨਹੀਂ ਨਜ਼ਰ ਆ ਰਿਹਾ। ਇੱਕ ਲਾਈਨ ਲਵਾ ਕੇ ਤੇਲ ਪਾਉਣਾ ਚਾਹੀਦਾ, ਉਹ ਉੱਧਰੋਂ ਆਈ ਜਾਂਦੇ ਕੋਈ ਇੱਧਰੋਂ ਜਾਈ ਜਾਂਦੇ ਆ, ਅਤੇ ਜਿਹੜੇ ਜ਼ਰੂਰਤਮੰਦ ਉਹਨਾਂ ਨੂੰ ਪਾਉਣਾ ਚਾਹੀਦਾ। ਚਲੋ ਕੋਈ ਕਾਰਨ ਪਤਾ ਚੱਲਾ ਵੀ ਇਹ ਜਿਹੜੇ ਪੰਪ ਦੇ ਮੱਗੀ ਰਾਸ਼ ਦਾ ਕੀ ਕਾਰਨ ਆ? ਜਿਹੜਾ ਕਾਰਨ ਇਹੀ ਦੱਸਦੇ ਆ ਵੀ ਟਰਾਂਸਪੋਰਟ ਦੀ ਕੋਈ ਸਟ੍ਰਾਈਕ ਆ। ਹਾਂਜੀ, ਕੋਈ ਐਗਜੈਕਟ ਪਰਪਸ ਪਬਲਿਕ ਨੂੰ ਤਾਂ ਪਤਾ ਨਹੀਂ, ਹੁਣ ਪਬਲਿਕ ਦਾ ਭੋਲੇ ਪੰਜ ਹੁਣ ਸਾਰੇ ਨੱਠੇ ਹੋਏ ਆ ਤੇਲ ਪਾਉਣ ਦੇ ਬਤਾੜ 'ਚ। ਕੋਈ ਸਟ੍ਰਾਈਕ ਦਾ ਟਾਈਮ ਟੂਮ ਪਤਾ ਕੁਛ, ਕਿੰਨੇ ਕਿੰਨੇ ਚੱਲੂਗੀ ਸਟ੍ਰਾਈਕ? ਸਟ੍ਰਾਈਕ ਦਾ ਅਜੇ ਕੋਈ। ਉੱਧਰ ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਕਰਿੰਦਿਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਟਰੱਕ ਯੂਨੀਅਨਾਂ ਨੇ ਹੜਤਾਲ ਕੀਤੀ ਹੈ, ਜਿਸ ਕਾਰਨ ਲੋਕਾਂ ਦੀ ਭੀੜ ਪੈਟਰੋਲ ਪੰਪਾਂ 'ਤੇ ਜੁਟੀ ਹੋਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਛੇਤੀ ਤੋਂ ਛੇਤੀ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਸਟ੍ਰਾਈਕ
ਇਸ ਦੇ ਨਾਲ ਹੀ ਅਗਰ ਫਿਲੌਰ ਦੀ ਗੱਲ ਕਰੀਏ ਤਾਂ ਫਿਲੌਰ ਵਿਖੇ ਵੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਡਰਾਈਵਰਾਂ ਵੱਲੋਂ ਕੀਤੀ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ। ਤਸਵੀਰਾਂ ਨੇ ਫਿਲੌਰ ਦੇ ਪੈਟਰੋਲ ਪੰਪਾਂ ਦੀਆਂ, ਜਿੱਥੇ ਕਿ ਹੜਤਾਲ ਤੋਂ ਬਾਅਦ ਤੇਲ ਪਵਾਉਣ ਲਈ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਅਤੇ ਵਾਹਨ ਚਾਲਕਾਂ ਨੂੰ ਤੇਲ ਪਵਾਉਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਗਰ ਇਹ ਹੜਤਾਲ ਜਲਦ ਖਤਮ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਪੈਟਰੋਲ ਪੰਪਾਂ ਤੋਂ ਤੇਲ ਖਤਮ ਹੋ ਜਾਵੇਗਾ, ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਣਗੀਆਂ। ਉਹਨਾਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਹੜਤਾਲ ਨੂੰ ਖਤਮ ਕਰਨ ਲਈ ਜਲਦ ਤੋਂ ਜਲਦ ਕੋਈ ਫੈਸਲਾ ਲਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ।